ਇਹ ਮੈਨੂੰ ਜੀ ਆਪਣੀ ਦਾਦਿਆਂ ਦੀ ਲਿਆ ਦੀ ਜੀ, ਪੁਰਾਣੀ ਡੈਡੀ ਦੀ, ਮੇਰੇ ਦਾਦੇ ਦੀ, ਉਹਨਾਂ ਤੋਂ ਲਿਆਈ ਦੀ, ਆਪਾਂ MP 'ਚੋਂ ਲਿਆਈ ਦੀ ਜੀ, ਲਾ ਕੇ ਵੀ ਆਪਣਾ ਜੀ ਕਰਿਆ ਵੀ ਲਾ ਕੇ ਦੇਖਦੇ ਹਾਂ ਵੀ ਵੱਧ ਤੋਂ ਵੱਧ ਵੀ ਆਪਣੇ ਹੁੰਦਾ ਕਿ ਨਾ ਜੀ, ਵੀ ਆਪਣੇ ਬਹੁਤ ਕਾਮਯਾਬ ਹੋ ਗਿਆ ਵੀ MP ਵਾਲੇ ਵੀ ਮੰਨਦੇ ਨੇ ਵੀ ਆਪਦਾ ਵੀ ਬਹੁਤ ਵਧੀਆ ਕਰਿਆ ਵੀਰ ਨੇ, ਵੀ ਸਾਰਾ ਵੀ ਵਧੀਆ ਖੇਤੀ ਕਰਦੇ ਹਾਂ ਆਪਾਂ, ਮੰਨ ਕੇ ਚਲੋ ਵੀ ਗਾਹਾਂ ਨੂੰ ਵੱਧ ਤੋਂ ਵੱਧ ਲਾਵਾਂਗੇ ਆਪਾਂ, ਗਾਹਾਂ ਹੋਰ ਵਧਾਵਾਂਗੇ, ਅੱਧਾ ਕਿੱਲੇ ਤੁੱਕ ਲਾਵਾਂਗੇ ਗਾਹਾਂ ਨੂੰ ਇਹਦਾ ਜੀ। ਹਾਂ, ਲੋਕਾਂ ਦੇ ਬਹੁਤ ਫੋਨ ਆਉਂਦੇ ਨੇ ਵੀ ਵਾਸਤੇ ਵੀ ਸਾਨੂੰ ਵੱਧ ਤੋਂ ਵੱਧ ਦਿਓ ਜੀ, ਵੀ ਗਾਹਾਂ ਨੂੰ ਆਪਾਂ ਵੱਧ ਉਹ ਤਿਆਰ ਕਰਕੇ ਅਗਲੇ ਸਾਲ ਵੀ ਵੱਧ ਤੋਂ ਵੱਧ ਵੰਡਾ। ਹਾਂਜੀ ਹਾਂ, ਉਹਦੇ ਨਾਲੋਂ ਬਹੁਤ ਫਰਕ ਆ ਜੀ, ਉਹ ਵੀ ਆਪ ਕਹਿੰਦੇ ਨੇ ਵੀ ਵਧੀਆ ਖੇਤੀ ਹੈ, ਮੰਨ ਕੇ ਚਲੋ ਵੀ ਉਦੋਂ ਵੱਧ ਨਿਕਲਦਾ, ਤੁਹਾਡੇ ਵੀ ਬਹੁਤ ਨਿਕਲੂਗਾ ਉਹ, ਬੰਦੇ ਕਹਿੰਦੇ ਵੀ ਆਪ ਦੇਖ ਕੇ ਉਹਨਾਂ ਨੇ ਦੇਖੇ ਆ ਵੀਡੀਓ। ਹਾਂਜੀ ਹਾਂ, ਕਿਵੇਂ ਆਪਾਂ ਹੁਣ ਜੀਰੀ 'ਚੋਂ ਮੰਨ ਕੇ ਚਲੋ ਇਹ ਚੀਜ਼ਾਂ ਲਾਵਾਂਗੇ ਆਪਾਂ, ਨਿਕਲ ਸਕਦੇ ਹਾਂ ਜੀਰੀ 'ਚੋਂ, ਉਹਨਾਂ ਦਾ ਉਹਦਾ ਖਰਚਾ ਵੱਧਦਾ ਜੀ, ਇੱਧਰ ਆਮਦਨ ਵੀ ਵੱਧਦਾ ਇਹ ਰੇਟ ਦੀ, ਮੰਨ ਲਓ ਜੀ 50 ਰੁਪਏ ਵੀ ਵਿਕੂ ਦੇਸ਼ਾਂ ਦਾ ਹੁੰਦਾ ਜੀ ਇਹ ਕਿੱਲੇ 'ਚੋਂ ਖਰਚਾ, ਮੰਨ ਲਓ ਇਹਦਾ ਵੀ ਕੋਈ ਖਰਚਾ ਨਹੀਂ ਹੈਗਾ, ਬਸ ਕਿਹੜਾ ਵੱਟਾਂ ਪਾ ਕੇ ਲਾ ਦਿਉ, ਕਿਹੜਾ ਬੀਜਣੀ ਹੈ, ਹਰ ਸਾਲ ਦੀ ਖੇਤੀ ਹੈ ਮੰਨ ਕੇ ਚਲੋ ਇਹ। ਨਾ ਹਜੇ ਕੁਛ ਨਹੀਂ ਹੋਇਆ ਜੀ, ਇਦੋਂ ਪਹਿਲਾਂ ਮਾੜਾ ਮੋਟਾ ਹੋ ਜਾਂਦਾ ਵੀ ਕਰਨਾ ਵੀ ਨਹੀਂ ਵਧੀਆ ਉਹ। ਹਾਂ ਜੀ, ਇਹ ਬਹੁਤ ਵਧੀਆ ਖੇਤੀ ਹੈ, ਬਦਲਾਅ ਲੱਗ ਰਿਹਾ ਜੀ ਇਹਦੇ ਵਿੱਚ ਵੀ, ਜਿਹੜੀ ਖੇਤੀ ਆ ਮੰਨ ਕੇ ਚਲੋ ਝੋਨੇ ਨਾਲੋਂ ਤਾਂ ਵਧੀਆ ਹੈ, ਪਰ ਇਹ ਥੋੜ੍ਹੀ ਜਿਹਾ ਵੀ ਇਹ ਲੰਬੇ ਟਾਈਮ ਦੀ ਆ, 1 ਸਾਲ ਦੀ ਖੇਤੀ ਹੈ ਵੀ, ਇਹਦੀ ਪੈਦਾਵਾਰ ਵੱਧਦਾ ਹੈ, ਜਿਵੇਂ ਹੁਣ ਮੰਨ ਲਓ ਮੌਸਮ ਖਰਾਬ ਨੇ ਇਹਨਾਂ 'ਚ ਝਾੜ ਘੱਟਦਾ ਹੈ ਝੋਨੇ ਦਾ, ਵੀ ਇਹਦੇ ਝਾੜ 'ਤੇ ਕੋਈ ਫਰਕ ਨਹੀਂ ਪੈਂਦਾ ਹੈਗਾ, ਇਹਦਾ ਝਾੜ ਪੂਰਾ ਵਧੀਆ ਰਹਿੰਦਾ, ਇਹਦੇ ਕਰਕੇ ਹੁਣ ਇਹਨੂੰ ਕਿਹਾ ਵੀ ਥੋੜ੍ਹਾ ਜਿਹਾ ਬੀਜ ਰੱਖ ਦੀ ਵੀ ਅਸੀਂ ਵੀ ਲਾਵਾਂਗੇ, ਇਹਨੂੰ ਦੇਖ ਕੇ ਲੱਗ ਰਿਹਾ ਵੀ ਹਾਂ ਅਸੀਂ ਵੀ ਕੁਛ ਲਾਈਏ, ਇਹ ਜਿਵੇਂ ਲਾ ਰਿਹਾ ਇਹ ਵੀ ਵਧਾਊਗਾ, ਜਿੰਨਾ ਕੁ ਸਾਨੂੰ ਬੀਜ ਮਿਲੂ ਉਹ ਤੋਂ ਅਸੀਂ ਤਿਆਰ ਕਰਕੇ ਗਾਹਾਂ ਨੂੰ ਇਦੂ ਵਧਾ ਕੇ ਲਾਵਾਂਗੇ। ਇਹ ਮੰਨੋ ਜੀ ਆਪਣੀ ਦਾਦਿਆਂ ਦੀ ਲਿਆ ਦੀ ਜੀ, ਪੁਰਾਣੀ ਡੈਡੀ ਦੀ, ਮੇਰੇ ਦਾਦੇ ਦੀ, ਉਹਨਾਂ ਤੋਂ ਲਿਆਈ ਦੀ, ਆਪਾਂ MP 'ਚੋਂ ਲਿਆਈ ਦੀ ਜੀ, ਲਾ ਕੇ ਵੀ ਆਪਣਾ ਜੀ ਕਰਿਆ ਵੀ ਲਾ ਕੇ ਦੇਖਦੇ ਹਾਂ ਵੀ ਵੱਧ ਤੋਂ ਵੱਧ ਵੀ ਆਪਣੇ ਹੁੰਦਾ ਕਿ ਨਾ ਜੀ, ਵੀ ਆਪਣੇ ਬਹੁਤ ਕਾਮਯਾਬ ਹੋ ਗਿਆ ਵੀ, MP ਵਾਲੇ ਵੀ ਮੰਨਦੇ ਨੇ ਵੀ ਆਪਦਾ ਵੀ ਬਹੁਤ ਵਧੀਆ ਕਰਿਆ ਵੀਰ ਨੇ, ਵੀ ਸਾਰਾ ਵੀ ਵਧੀਆ ਖੇਤੀ ਕਰਦੇ ਹਾਂ ਆਪਾਂ, ਮੰਨ ਕੇ ਚਲੋ ਵੀ ਗਾਹਾਂ ਨੂੰ ਵੱਧ ਤੋਂ ਵੱਧ ਲਾਵਾਂਗੇ ਆਪਾਂ, ਗਾਹਾਂ ਹੋਰ ਵਧਾਵਾਂਗੇ, ਅੱਧਾ ਕਿੱਲੇ ਤੁੱਕ ਲਾਵਾਂਗੇ ਗਾਹਾਂ ਨੂੰ ਇਹਦਾ ਜੀ। ਹਾਂ, ਲੋਕਾਂ ਦੇ ਬਹੁਤ ਫੋਨ ਆਉਂਦੇ ਨੇ ਵੀ ਵਾਸਤੇ ਵੀ ਸਾਨੂੰ ਵੱਧ ਤੋਂ ਵੱਧ ਦਿਓ ਜੀ, ਵੀ ਗਾਹਾਂ ਨੂੰ ਆਪਾਂ ਵੱਧ ਉਹ ਤਿਆਰ ਕਰਕੇ ਅਗਲੇ ਸਾਲ ਵੀ ਵੱਧ ਤੋਂ ਵੱਧ ਵੰਡਾ। ਹਾਂਜੀ ਹਾਂ, ਉਹਦੇ ਨਾਲੋਂ ਬਹੁਤ ਫਰਕ ਆ ਜੀ, ਉਹ ਵੀ ਆਪ ਕਹਿੰਦੇ ਨੇ ਵੀ ਵਧੀਆ ਖੇਤੀ ਹੈ, ਮੰਨ ਕੇ ਚਲੋ ਵੀ ਉਦੋਂ ਵੱਧ ਨਿਕਲਦਾ, ਤੁਹਾਡੇ ਵੀ ਬਹੁਤ ਨਿਕਲੂਗਾ ਉਹ, ਬੰਦੇ ਕਹਿੰਦੇ ਵੀ ਆਪ ਦੇਖ ਕੇ ਉਹਨਾਂ ਨੇ ਦੇਖੇ ਆ ਵੀਡੀਓ। ਹਾਂਜੀ ਹਾਂ, ਕਿਵੇਂ ਆਪਾਂ ਹੁਣ ਜੀਰੀ 'ਚੋਂ ਮੰਨ ਕੇ ਚਲੋ ਇਹ ਚੀਜ਼ਾਂ ਲਾਵਾਂਗੇ ਆਪਾਂ, ਨਿਕਲ ਸਕਦੇ ਹਾਂ ਜੀਰੀ 'ਚੋਂ, ਉਹਨਾਂ ਦਾ ਉਹਦਾ ਖਰਚਾ ਵੱਧਦਾ ਜੀ, ਇੱਧਰ ਆਮਦਨ ਵੀ ਵੱਧਦਾ ਇਹ ਰੇਟ ਦੀ, ਮੰਨ ਲਓ ਜੀ 50 ਰੁਪਏ ਵੀ ਵਿਕੂ ਦੇਸ਼ਾਂ ਦਾ ਹੁੰਦਾ ਜੀ ਇਹ ਕਿੱਲੇ 'ਚੋਂ, ਖਰਚਾ ਮੰਨ ਲਓ ਇਹਦਾ ਵੀ ਕੋਈ ਖਰਚਾ ਨਹੀਂ ਹੈਗਾ, ਬਸ ਕਿਹੜਾ ਵੱਟਾਂ ਪਾ ਕੇ ਲਾ ਦਿਉ, ਕਿਹੜਾ ਬੀਜਣੀ ਹੈ, ਹਰ ਸਾਲ ਦੀ ਖੇਤੀ ਹੈ ਮੰਨ ਕੇ ਚਲੋ ਇਹ। ਨਾ ਹਜੇ ਕੁਛ ਨਹੀਂ ਹੋਇਆ ਜੀ, ਇਦੋਂ ਪਹਿਲਾਂ ਮਾੜਾ ਮੋਟਾ ਹੋ ਜਾਂਦਾ ਵੀ ਕਰਨਾ ਵੀ ਨਹੀਂ ਵਧੀਆ ਉਹ। ਹਾਂ ਜੀ, ਇਹ ਬਹੁਤ ਵਧੀਆ ਖੇਤੀ ਹੈ, ਬਦਲਾਅ ਲੱਗ ਰਿਹਾ ਜੀ ਇਹਦੇ ਵਿੱਚ ਵੀ, ਜਿਹੜੀ ਖੇਤੀ ਆ ਮੰਨ ਕੇ ਚਲੋ ਝੋਨੇ ਨਾਲੋਂ ਤਾਂ ਵਧੀਆ ਹੈ, ਪਰ ਇਹ ਥੋੜ੍ਹੀ ਜਿਹਾ ਵੀ ਇਹ ਲੰਬੇ ਟਾਈਮ ਦੀ ਆ, 1 ਸਾਲ ਦੀ ਖੇਤੀ ਹੈ ਵੀ, ਇਹਦੀ ਪੈਦਾਵਾਰ ਵੱਧਦਾ ਹੈ, ਜਿਵੇਂ ਹੁਣ ਮੰਨ ਲਓ ਮੌਸਮ ਖਰਾਬ ਨੇ ਇਹਨਾਂ 'ਚ ਝਾੜ ਘੱਟਦਾ ਹੈ ਝੋਨੇ ਦਾ, ਵੀ ਇਹਦੇ ਝਾੜ 'ਤੇ ਕੋਈ ਫਰਕ ਨਹੀਂ ਪੈਂਦਾ ਹੈਗਾ, ਇਹਦਾ ਝਾੜ ਪੂਰਾ ਵਧੀਆ ਰਹਿੰਦਾ, ਇਹਦੇ ਕਰਕੇ ਹੁਣ ਇਹਨੂੰ ਕਿਹਾ ਵੀ ਥੋੜ੍ਹਾ ਜਿਹਾ ਬੀਜ ਰੱਖ ਦੀ ਵੀ ਅਸੀਂ ਵੀ ਲਾਵਾਂਗੇ, ਇਹਨੂੰ ਦੇਖ ਕੇ ਲੱਗ ਰਿਹਾ ਵੀ ਹਾਂ ਅਸੀਂ ਵੀ ਕੁਛ ਲਾਈਏ, ਇਹ ਜਿਵੇਂ ਲਾ ਰਿਹਾ ਇਹ ਵੀ ਵਧਾਊਗਾ, ਜਿੰਨਾ ਕੁ ਸਾਨੂੰ ਬੀਜ ਮਿਲੂ ਉਹ ਤੋਂ ਅਸੀਂ ਤਿਆਰ ਕਰਕੇ ਗਾਹਾਂ ਨੂੰ ਇਦੋਂ ਵਧਾ ਕੇ ਲਾਵਾਂਗੇ।